ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਅਤੇ ਜਿੰਨੇ ਸਾਡੇ ਮੂਮਨ ਵੀਰ ਨੇ ਸਾਰਿਆਂ ਨੂੰ ਸਾਡੇ ਵੱਲੋਂ ਯਾਹੀਲੀ ਮਦਦ ਅਤੇ ਮਿੱਤਰੋ ਮੁਹਰਮ ਦੀ ਅੱਜ ਹੋ ਗਏ ਆ ਪਹਿਲਾ ਮੁਹਰਮ ਅਤੇ ਪਹਿਲੇ ਮੁਹਰਮ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਨੂਹਾ ਆਇਆ ਵਾ ਅਤੇ ਉਸ ਨੂਹੇ 'ਤੇ ਆਪਾਂ ਉਸ ਨੂਹੇ ਨੂੰ ਦੇਖਦੇ ਵੀ ਹਾਂ ਅਤੇ ਉਹ 'ਤੇ ਆਪਾਂ ਮਿਲ ਕੇ ਕਰਦੇ ਹਾਂ ਰਿਐਕਸ਼ਨ ਅਤੇ ਨੂਹਾ ਮੇਰੇ ਨਾਲ ਹੈਗੀ ਇਜ਼ਾ ਅਤੇ ਇਜ਼ਾ ਪੜ੍ਹਿਆ ਹੈ ਹਾਂਜੀ ਪੜ੍ਹਿਆ ਹੈ ਫਰਹਾਨ ਅਲੀ ਵਾਰਿਸ ਨੇ ਜਿਹਨੇ ਬਹੁਤ ਹੀ ਅੱਛਾ ਪੜ੍ਹਿਆ ਹੈ ਸਾਨੂੰ ਤਾਂ ਬਹੁਤ ਹੀ ਅੱਛਾ ਲੱਗਾ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗਿਆ ਹਾਂਜੀ ਅਤੇ ਆਓ ਆਪਾਂ ਮਿਲ ਕੇ ਉਸ ਨੂਹੇ 'ਤੇ ਕੋਈ ਸਾਂਝ ਵਿਚਾਰ ਕਰਦੇ ਹਾਂ ਅਤੇ ਉਹਨੂੰ ਦੇਖਦੇ ਹਾਂ ਕਿ ਉਹ ਨੂਹੇ ਦੇ ਵਿੱਚ ਕੀ ਉਹਦੇ ਬੋਲ ਨੇ ਅਤੇ ਆਪਾਂ ਉੱਥੇ ਫਿਰ ਤੁਹਾਡੇ ਨਾਲ ਮਿੱਤਰੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਤੇ ਆਪਾਂ ਕੁਛ ਉੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਕਿ ਸਾਨੂੰ ਉਹਦੇ ਵਿੱਚ ਕੀ ਸਿੱਖਣ ਨੂੰ ਲੱਭਿਆ ਅਤੇ ਆਓ ਦੇਖਦੇ ਹਾਂ ਇਸ ਨੂਹੇ ਨੂੰ ਵਾਕਿਆ ਕਰਬਲਾ ਕੀ ਗੱਲ ਉਸ ਵਾਕਿਆਤ ਨੂੰ ਵੀ ਦਿਖਾ ਰਹੇ ਨੇ ਕਿ ਘੋੜਿਆਂ ਦੇ ਉੱਤੇ ਉਹ ਵਾਕਿਆਤ ਨੂੰ ਦਿਖਾ ਰਹੇ ਨੇ ਵਾਕਿਆ ਕਰਬਲਾ ਨੂੰ ਦਿਖਾ ਰਹੇ ਸਾਰੇ ਯਾਰ ਮਜ਼ਾ ਆਏ ਗੁਜ਼ਰੂ
ਵੀਰ ਜੀ ਜਦੋਂ ਆਪਾਂ ਦੇਖਿਆ ਕਿ ਅਬਾਸ ਪਾਣੀ ਲੈਣ ਵਾਸਤੇ ਜਾਂਦਾ ਤੇ ਉੱਥੋਂ ਪਾਣੀ ਲੈ ਕੇ ਵਾਪਸ ਨਹੀਂ ਆ ਸਕਿਆ ਕਿਉਂਕਿ ਜ਼ਜ਼ੀਦ ਦੀ ਫੌਜ ਨੇ ਉਸ ਮਸ਼ਕ ਦੇ ਵਿੱਚ ਤੀਰ ਮਾਰ ਮਾਰ ਕੇ ਤੇ ਅਬਾਸ ਨੂੰ ਪਾਣੀ ਦੇ ਲਿਜਾਣ 'ਤੇ ਮਜਬੂਰ ਕਰ ਦਿੱਤਾ। ਵਾਕਿਆ ਕਰਬਲਾ ਦੇ ਵਿੱਚ ਜਦੋਂ ਵਾਕਿਆ ਕਰਬਲਾ ਦੀ ਕਹਾਣੀ ਨੂੰ ਸੁਣੀਦਾ ਤੇ ਇੱਕ ਬਹੁਤ ਹੀ ਅਫਸੋਸ ਜਿਹਾ ਜ਼ਾਰ ਹੁੰਦਾ ਕਿ ਉਹਨਾਂ ਨਾਲ ਕੀ ਵਾਕਿਆ ਗੁਜ਼ਰਿਆ, ਇੰਨਾ ਦੁੱਖ ਉਹਨਾਂ 'ਤੇ ਉਠਾਇਆ ਗਿਆ, ਪਾਣੀ ਤਿੱਕਰ ਵੀ ਉਹਨਾਂ ਤਿੱਕਰ ਪਹੁੰਚਣ ਨੇ ਨਹੀਂ ਦਿੱਤਾ। ਬਹੁਤ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਗਏ। ਤੇ ਜਦੋਂ ਹੀ ਪਹਿਲਾ ਮੁਹਰਮ ਦਾ ਚੰਨ ਚੜ੍ਹਦਾ, ਪਹਿਲਾ ਮੁਹਰਮ ਹੁੰਦਾ, ਇੱਕ ਸੁਨਸਨਾਟਾ ਜਿਹਾ ਛਾ ਜਾਂਦਾ ਪੂਰੀ ਦੁਨੀਆ 'ਤੇ। ਤੇ ਵਾਕਿਆ ਕਰਬਲਾ ਦੀ ਕਹਾਣੀ ਹਰ ਲਬਾਂ 'ਤੇ ਸ਼ੁਰੂ ਹੋ ਜਾਂਦੀ। ਘਰ ਘਰ ਦੇ ਵਿੱਚ ਛਬੀਲ ਲਗਾਈ ਜਾਂਦੀਆਂ, ਲੰਗਰ ਤਕਸੀਮ ਕੀਤੇ ਜਾਂਦੇ। ਅਤੇ ਅੱਜ ਦਾ ਲੋਹਾ ਉਹਨਾਂ ਨੇ ਬਹੁਤ ਹੀ ਅੱਛਾ ਪੜਿਆ। ਉਹਦੇ ਵਿੱਚ ਉਹਨਾਂ ਨੇ ਬਹੁਤ ਸੈਟਿੰਗ ਵੀ ਬਹੁਤ ਅੱਛੀ ਕੀਤੀ ਹੋਈ ਸੀ ਕਿ ਵਾਕਿਆ ਕਰਬਲਾ ਵੀ ਐਸਾ ਨੁਜ਼ਾਰ ਹੋ ਰਿਹਾ ਸੀ ਕਿ ਕਿੱਦਾਂ ਜ਼ਜ਼ੀਦ ਦੀਆਂ ਫੌਜਾਂ ਘੋੜਿਆਂ ਦੇ ਉੱਤੇ ਆ ਰਹੀਆਂ ਅਤੇ ਕਿੱਦਾਂ ਉਹ ਹਮਲਾ ਕਰ ਰਹੀ। ਵੀਰ ਜੀ ਸਾਨੂੰ ਤਾਂ ਬਹੁਤ ਹੀ ਪਿਆਰਾ ਅੱਜ ਦਾ ਲੋਹਾ ਲੱਗਾ। ਤੁਹਾਨੂੰ ਕਿੱਦਾਂ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਵੀਰ ਜੀ ਅਗਰ ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਤਾਂ ਵੀਰ ਜੀ ਤੁਸੀਂ
ਤੁਹਾਡੇ ਕੋਲ ਅਸੀਂ ਹੱਥ ਜੋੜ ਕੇ ਕਰਦੇ ਬੇਨਤੀ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਤੇ ਲੋ ਮਿੱਤਰੋ ਫਿਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।